ਪੰਜਾਬ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਆਲ ਇੰਡੀਆ 6 ਸਟੂਡੈਂਟ ਫੈਡਰੇਸ਼ਨ ਦੇ ਸਾਬਕਾ ਮੀਤ ਪ੍ਰਧਾਨ ਅਤੇ ਪ੍ਰਗੜੀ ਮੋਰਚੇ ਦੇ ਆਗੂ ਗੁਰਸੇਵ ਸਿੰਘ ਹਰਪਾਲਪੁਰ ਨੇ ਕਿਹਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਜੋ ਫਕਰੇ ਕੌਮ ਦਾ ਖਿਤਾਬ ਦਿੱਤਾ ਗਿਆ ਸੀ ਉਹ ਵਾਪਸ ਲੈ ਲੈਣਾ ਚਾਹੀਦਾ ਹੈ ਉਹਨਾਂ ਹੋਰ ਕਿਹਾ ਕਿ 25 ਨਵੰਬਰ ਨੂੰ ਬਰਗਾੜੀ ਵਿਖੇ ਜਥੇਦਾਰ ਧਿਆਨ ਸਿੰਘ ਮੰਡ ਦੀ ਅਗਵਾਈ ਵਿੱਚ ਹੋਣ ਵਾਲੇ ਸਮਾਗਮ ਵਿੱਚ ਪਟਿਆਲਾ ਤੋਂ ਵੱਧ ਤੋਂ ਵੱਧ ਸੰਗਤਾਂ ਪਹੁੰਚ ਰਹੀਆਂ ਹਨ ਇਸ ਸਬੰਧੀ 21 ਨਵੰਬਰ ਨੂੰ ਗੁਰਦੁਆਰਾ ਦੁੱਖ ਨਿਵਾਨ ਸਹਿ ਵਿਖੇ ਮੀਟਿੰਗ ਵੀ ਕੀਤੀ ਜਾ ਰਹੀ ਹੈ 25 ਨਵੰਬਰ ਨੂੰ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡੋਰਾ ਨੇ ਗੁਰੂ ਨਾਨਕ ਪਾਤਸ਼ਾਹ ਦੇ ਜਿਹੜੇ 550 ਸਾਲਾ ਅਰਧ ਸਤਾਪਦੀ ਮਨਾਈ ਜਾ ਰਹੀ ਹੈ ਉਹਦੇ ਤਿਆਰੀ ਲਈ ਪੂਰੇ ਸਾਲ ਜਿਹੜੇ ਮਨਾਏ ਜਾਣੇ ਸਮਾਗਮ ਉਹਨਾਂ ਦੇ ਸਬੰਧ ਵਿੱਚ 25 ਨਵੰਬਰ ਨੂੰ ਬਰਗਾੜੀ ਦੇ ਅਦਾਣਾ ਮੰਡੀ ਚ ਪੰਥਕ ਕਸਮੇਲਨ ਸੱਦਿਆ ਤੇ ਉਹਦੇ ਚ ਅਸੀਂ ਸਾਰੇ ਸੰਗਤਾਂ ਨੂੰ ਕੋਸ਼ਿਸ਼ ਕਰ ਰਹੇ ਹਾਂ ਵੱਡੀ ਤੋਂ ਵੱਡੀ ਗਿਣਤੀ ਵਿੱਚ ਉੱਥੇ ਸੰਗਤ ਦੀ ਸਮੂਲੀਅਤ ਕਰਾਉਣ ਵਾਸਤੇ ਉਸ ਸਮਾਗਮ ਨੂੰ ਸਫਲ ਬਣਾਉਣ ਵਾਸਤੇ ਅਸੀਂ 21 ਤਰੀਕ ਨੂੰ ਸਵੇਰੇ 10 ਵਜੇ ਗੁਰਦੁਆਰਾ ਦੂਖਨਵਾਰ ਸਬ ਪਟਿਆਲਾ ਦੇ ਪਾਰਕ ਵਿੱਚ ਸਾਰੀਆਂ ਹੀ ਪੰਥਕ ਜਥੇਬੰਦੀਆਂ ਦੇ ਨਮਾਇੰਦਿਆਂ ਦੀ ਮੀਟਿੰਗ ਸੱਦੀ ਹੈ ਤਾਂ ਕਿ ਉਹਨਾਂ ਦੀਆਂ ਜ਼ਿੰਮੇਵਾਰੀਆਂ ਲਈ ਜਾ ਸਕਣ ਔਰ ਜਿਹੜੀ ਸੰਗਤ ਦੀ ਵੱਡੀ ਗਿਣਤੀ ਜਿਹੜੀ ਸਮੂਲੀਤ ਹੈ ਉਹ ਯਕੀਨੀ ਬਣਾਈ ਜਾ ਸਕੇ ਇਹ ਮੇਨ ਹੈਗਾ 21 ਤਰੀਕ ਦਾ ਅਗਲੀ ਗੱਲ ਜਿਹੜੀ ਹੈ ਇੱਕ ਮੈਂ ਪ੍ਰੈਸ ਬਿਆਨ ਦੇ ਵਿੱਚ ਵੀ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਗਿਆਨੀ ਗੁਰਬਚਨ ਸਿੰਘ ਹੋਰਾਂ ਨੇ ਫਖਰੇ ਕੌਮ ਦਾ ਜਿਹੜਾ ਇਕੋ ਮਿਆਰੀ ਅਰਵਕਾਰੀ ਜਿਹੜਾ ਖਤਾਬ ਹੈ ਉਹ ਦਿੱਤਾ ਸੀ ਵੈਸੇ ਤਾਂ ਪੰਥਕ ਜਥੇਬੰਦੀਆਂ ਨੇ ਪੰਥ ਨੇ ਉਸ ਖਤਾਬ ਨੂੰ ਦੇਣ ਲਈ ਬੜਾ ਭਾਰੀ ਵਿਰੋਧ ਕੀਤਾ ਸੀ ਔਰ ਜਿਹੜੇ ਖਦਸੇ ਜਿਤਾਏ ਜਾ ਰਹੇ ਸੀ ਉਹ ਸਾਰਾ ਕੁਝ ਸਾਹਮਣੇ ਆ ਗਿਆ ਕਿ ਹੁਣ ਫਖਰੇ ਕੌਮ ਦਾ ਜਾਂਚ ਕਮਿਸ਼ਨ ਆ ਕੇ ਪੇਸ਼ ਹੋਣਾ ਇਹ ਕੌਮ ਲਈ ਨਮੋਸ਼ੀ ਦਾ ਕਾਰਨ ਬਣਦਾ ਜਾ ਰਿਹਾ ਹੈ ਅਸਲੀ ਮੈਂ ਜਿਹੜੇ ਇੱਕ ਕਾਰਜਕਾਰੀ ਜਿਹੇਦਾਰ ਹੋ ਬਣੇ ਹੈ ਗਿਆਨੀ ਹਰਪ੍ਰੀਤ ਸਿੰਘ ਹੋਰੀ ਉਹ ਕਹਿੰਦੇ ਮੈਂ ਸਾਰੇ ਕੌਮ ਦੀਆਂ ਭਾਵਨਾਵਾਂ ਦੇ ਅਨਸਾਰ ਫੈਸਲੇ ਕਰਾਂਗਾ ਤਾਂ ਉਹਨੂੰ ਚਾਹੀਦਾ ਹੈ ਕਿ ਕੌਮ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਤਾਂ ਕੌਮ ਨਮੋਸੀ ਦੇ ਆਲਮ ਵਿੱਚ ਨਾ ਡੋਪੇ ਕੌਮ ਦੀ ਬਦਨਾਮੀ ਨਾ ਹੋਵੇ ਤੇ ਇਸ ਕਰਕੇ ਜਿਹੜਾ ਪ੍ਰਕਾਸ਼ ਸਿੰਘ ਬਾਦਲ ਦਾ ਫਖਰੇ ਕੌਮ ਹੈ ਉਹ ਖਿਤਾਬ ਵਾਪਸ ਲੈਣਾ ਚਾਹੀਦਾ ਔਰ ਹੁਣ ਸ਼੍ਰੋਮਣੀ ਅਕਾਲੀ ਦਾ ਜਿਹੜੇ ਸੀਨੀਅਰ ਨੇਤਾ ਢੀਂਡਸਾ ਵਰਗੇ ਬਰੰਪਰਾ ਵਰਗੇ ਢੀਂ ਸੇਖੋਂ ਵਰਗੇ ਉਹਨਾਂ ਨੇ ਲਿਖਤੀ ਵੀ ਜਵਾਨੀ ਵੀ মিডিਆ ਦੇ ਸਾਹਮਣੇ ਇਹ ਉਪਲਿਖਿਆ ਹੈ ਕਿ ਜੋ ਪਿਛਲੇ ਸਮੇਂ ਘਟਨਾਵਾਂ ਵਾਪਰੀਆਂ ਕਾਲੀ ਰਾਜ ਵਿੱਚ ਬਾਦਲ ਦੇ ਰਾਜ ਵਿੱਚ ਉਹਨਾਂ ਵਾਸਤੇ ਜਿਹੜਾ ਹੈਗਾ ਗ੍ਰਹਿ ਮੰਤਰੀ ਤੇ ਮੁੱਖ ਮੰਤਰੀ ਹੁੰਦਿਆ ਹੋਇਆ ਸੁਖਬੀਰ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਦੋਵੇਂ ਪਿਓ ਪੁੱਤ ਜ਼ਿੰਮੇਵਾਰ ਹੈਗੇ ਆ ਵੀ ਹੁਣ ਕਿਸੇ ਗਵਾਹ ਦੀ ਜਾਂ ਕਿਸੇ ਸਬੂਤ ਦੀ ਬਾਕੀ ਕੋਈ ਲੋੜ ਨਹੀਂ ਰਹਿ ਗਈ ਆ ਮੰਨੀ ਜਾ ਸਕਦੀ ਇਸ ਲਈ ਜਿਹੇਦਾਰ ਨੂੰ ਉਹਨਾਂ ਨੂੰ ਤਾਲਬ ਕਰਨਾ ਚਾਹੀਦਾ ਹੈ ਅਕਾਲ ਤਖਤ ਤੇ ਔਰ ਰਵੈਤਾਂ ਅਨੁਸਾਰੀ ਧਾਰਮਿਕ ਅਸਥੇਵੈ ਜਾਂ ਸਜਾ ਉਹ ਲਾਈ ਜਾਣੀ ਚਾਹੀਦੀ ਹੈ। ਹੁਣ ਐਸਆਈਟੀ ਦੇ ਸਾਹਮਣੇ ਪੇਸ਼ ਹੋ ਰਹੇ ਹਨ ਸੁਖੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ। ਤੁਹਾਨੂੰ ਲੱਗਦਾ ਹੈ ਕਿ ਐਸਆਈਟੀ ਦੇ ਵਿੱਚ ਸਹੀ ਨਿਆਂ ਹੋਤਾ ਹੋਗਾ। ਦੇਖੋ ਅਸੀਂ ਸਰਕਾਰ ਤੋਂ ਬਾਰ-ਬਾਰ ਜਿਹੜਾ ਮੋਰਚਾ ਲੱਗਿਆ ਬਰਗਾੜੀ ਚ ਭਾਈ ਸਾਹਿਬ ਭਾਈ ਧਿਆਨ ਸਿੰਘ ਜੀ ਮੰਡਾ ਬਾਰੇ ਬਾਕੀ ਸਾਰੇ ਸਿੰਘ ਸਹਿਬਾਨ ਅਤੇ ਜਥੇਬੰਦੀਆਂ ਸਮੇਤ ਬੈਠੇ ਐ ਔਰ ਯਤਨ ਕਰ ਰਹੇ ਵੀ ਸ਼ਾਂਤਮਈ ਤਰੀਕੇ ਨਾਲ ਤਿੰਨ ਮੰਗਾਂ ਨੂੰ ਲੈ ਕੇ ਸਭ ਤੋਂ ਪਹਿਲੀ ਮੰਗ ਹੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਹੈ ਉਹਨੂੰ ਇਹ ਦੋਸ਼ੀ ਨੇ ਉਹਨਾਂ ਨੂੰ ਬੇਨਕਾਬ ਕਰਨਾ ਔਰ ਸਜ਼ਾਵਾ ਦਿਵਾਣੀ ਆ ਦੂਜੀ ਜਿਹੜੀ ਗੱਲ ਹੈ ਜਿਹੜੇ ਉੱਥੇ ਕੋਟਕਪੂਰਾ ਦੇ ਬਹਿਬਲ ਕਲਾਂ ਦੇ ਵਿੱਚ ਗੋਲੀ ਚੱਲੀ ਹੈ ਬਿਨਾਂ ਕਿਸੇ ਕਾਰਨ 7 ਮਈ 17 ਵੈਗਰੂ ਦਾ ਜਾਬ ਕਰਦੀ ਸੰਗਤਾਂ ਉੱਤੇ ਉਹਨੂੰ ਇਨਸਾਫ ਤੋਂ ਆਉਣ ਦਾ ਜਿਹੜਾ ਉਹ ਮੋਰਚਾ ਲੱਗਿਆ ਹੋਇਆ ਦੇਖੋ ਜਿਹੜਾ ਹੈ ਅਸੀਂ ਮੋਰਚਾ ਹੀ ਮੰਡ ਸਾਹਿਬ ਨੇ ਐਸੀ ਕਰਕੇ ਲਾਇਆ ਤੇ ਕੋਮ ਸਾਥ ਸੇ ਕਰਕੇ ਦੇ ਰਹੀ ਹੈ ਕਿ ਇਹਨਾਂ ਨੂੰ ਜਿਹੜੀ ਸਜ਼ਾਵਾ ਉਹ ਮਿਲਣ ਔਰ ਇਹ ਸਾਨੂੰ ਪੂਰਨ ਵੈਸੇ ਆਸ ਹੈ ਬਾਕੀ ਜੁਮਾਰੀ ਸਰਕਾਰ ਦੀ ਹੈ ਸਰਕਾਰ ਨੂੰ ਚਾਹੀਦਾ ਹੈ ਸਰਕਾਰ ਨੂੰ ਗਲਤੀ ਕਰਨੀ ਚਾਹੀਦੀ ਕਿਉਂਕਿ ਅਗਰ ਅਜਿਹੀ ਕੋਈ ਗਲਤੀ ਹੋਈ ਤਾਂ ਇਹ ਅਸੀਂ ਕੁੰਮਨੀ ਆਣੀ ਭਾਵਨਾ ਮੈਂ ਉਹ ਪੜਕ ਸਕਦੀਆਂ ਇਹ ਲਈ ਇਹਦੇ ਲਈ ਜਿਹੜਾ ਇਹ ਪੂਰਾ ਨਿਰਪੱਖ ਜਾਂਚ ਕਰਕੇ ਜੋ ਵੀ ਦੋਸ਼ੀ ਵੱਡੇ ਤੋਂ ਵੱਡਾ ਭਾਵੇਂ ਕੋਈ ਵੀ ਕਿਉ ਨਾ ਹੋਵੇ ਸਜ਼ਾ ਉਹਨੂੰ ਮਿਲਣੀ ਚਾਹੀਦੀ ਹੈ 25 ਤਰੀਕ ਤੋਂ ਬਾਅਦ ਤੁਹਾਡੇ ਅਗਲੇ ਰਾਕੀ ਪਲਾਨ ਹੋਣਗੇ ਦੇਖੋ ਇਹ ਤਾਂ ਜਿਹੜਾ ਮੋਰਚਾ ਹੈ ਗੱਲ ਤਾਂ ਮੋਰਚੇ ਦੀ ਹੈ ਜਿਹੜਾ ਮੋਰਚਾ ਹੈਗਾ ਹੈ ਬਰਗਾੜੀ ਇਨਸਾਫ ਮੋਰਚਾ ਉਹ ਲਗਾਤਾਰ ਜਾਰੀ ਰਹੇਗਾ ਤੇ ਸਿੱਖ ਸੰਗਤਾਂ ਦੇ ਵਿੱਚ ਇਹ ਪ੍ਰਚਾਰ ਪ੍ਰਸਾਰ ਜਿਹੜਾ ਇਹ ਕੀਤਾ ਜਾਣਾ ਹੈ ਆ ਸਾਡੀ ਕੋਸ਼ਿਸ਼ ਹੈ ਸਿੰਘ ਸਾਹਿਬ ਭਾਈ ਧਿਆਨ ਸਿੰਘ ਜੀ ਮੰਡਨ ਦੀ ਤੇ ਸਾਰੀ ਟੀਮ ਦੀ ਕਿ ਇਹਨਾਂ ਨੂੰ ਲੋਕਾਂ ਦੇ ਵਿੱਚ ਜਿਹੜਾ ਇਹਨਾਂ ਨੂੰ ਨਸ਼ਰ ਕੀਤਾ ਜਾਵੇ ਜਿਨ੍ਹਾਂ ਨੇ ਵੀ ਜਿਹੜੇ ਹੈਗਾ ਗਲਤੀ ਕੀਤੀ ਹੈ ਜਾਂ ਗੁਨਾਹ ਕੀਤਾ ਹੈ ਪਟਿਆਲਾ ਤੋਂ ਜਸਪ੍ਰੀਤ ਸਿੰਘ ਦੀ ਰਿਪੋਰਟ